ਉਹਦੇ ਅਸੀਂ ਸੱਤ ਰਾਣੀ ਕਿੰਨੇ ਸੱਤ ਤੇ ਸੱਤ ਰਾਣੀਆਂ ਦੇ ਕਿੰਨੇ ਬੇਟੇ ਸੀ ਸੱਤ ਯਾਨੀ ਕਿ ਹਰੇਕ ਰਾਣੀ ਦੇ ਕਿੰਨਾ ਬੇਟੇ ਸੀ ਸੱਤ ਇੱਕ ਬੇਟਾ ਸੀ ਨਾ ਸੱਤ ਦੇ ਸੱਤਾਂ ਦੇ ਠੀਕ ਹੈ ਹਰੇਕ ਰਾਣੀ ਦਾ ਇੱਕ ਬੇਟਾ ਸੀ ਇੱਕ ਦਿਨ ਕੀ ਹੋਇਆ ਉਹ ਜਿਹੜੀਆਂ ਰਾਣੀਆਂ ਸੀ ਉਹ ਰੱਥ ਦੇ ਵਿੱਚ ਬਹਿ ਕੇ ਰੱਥ ਦੇ ਵਿੱਚ ਬਹਿ ਕੇ ਜਾ ਰਹੀਆਂ ਸੀ ਠੀਕ ਹੈ ਤੇ ਕੀ ਹੋ ਗਿਆ ਡਾਕੂ ਆ ਗਿਆ ਡਾਕੂ ਆ ਗਿਆ ਉਹਨਾਂ ਨੇ ਕੀ ਕੀਤਾ ਉਹਨਾਂ 'ਤੇ ਅਟੈਕ ਕਰਤਾ ਸਾਰਾ ਕੁਝ ਲੁੱਟ ਕੇ ਲੈ ਗਏ ਉਹਨਾਂ ਨੂੰ ਪਤਾ ਸੀ ਜੇ ਅਸੀਂ ਰਾਜੇ ਨੂੰ ਮਾਰਨਾ ਹੈ ਰਾਜੇ ਦੀ ਦੁਸ਼ਮਣ ਸੀ ਤਾਂ ਸਾਨੂੰ ਕੀ ਕਰਨਾ ਪਏਗਾ ਇਹਨਾਂ ਸੱਤਾਂ ਨੂੰ ਮਾਰਨਾ ਪਏਗਾ ਉਹ ਕੀ ਕੀਤਾ ਉਹਨਾਂ ਨੇ ਮਾਰਿਆ ਉਹਨਾਂ ਨੇ ਚੱਕ ਕੇ ਲੈ ਗਏ ਕਿਉਂਕਿ ਇਹ ਸੱਤੇ ਕਿੱਧਰ ਚੱਲ ਗਏ ਡਾਕੂਆਂ ਕਿੱਥੇ ਚੱਲ ਗਏ ਰਾਜੇ ਦੇ ਵਿੱਚ ਇੱਕ ਖੂਬੀ ਸੀ ਉਹਦੇ ਯਾਨੀ ਕਿ ਰਾਜ ਦੇ ਵਿੱਚ ਇੱਕ ਲੋਹ ਸੀ ਔਰ ਜਦੋਂ ਵੀ ਉਹਦੇ ਰਾਜ ਦੇ ਵਿੱਚ ਕੋਈ ਰਾਜ ਘਰਾਣੇ ਦੇ ਵਿੱਚ ਕੋਈ ਪੈਦਾ ਹੁੰਦਾ ਸੀ ਰਾਜ ਘਰਾਣੇ ਦੇ ਵਿੱਚ ਜੁੜਦਾ ਸੀ ਉਹਦੇ ਹੱਥ ਦੇ ਉੱਤੇ ਇੱਕ ਮਾਰਕ ਲਗਾਇਆ ਜਾਂਦਾ ਸੀ ਕਿਸ ਮਾਰਕ ਉਹ ਆਰਾਮ ਆ ਮਾਰਕ ਉਹਦੇ ਹੱਥ ਦੇ ਉੱਤੇ ਲਗਾਇਆ ਜਾਂਦਾ ਸੀ ਇਹ ਮਾਰਕ ਹੈ ਕੋਈ ਇੱਕ ਚਿੰਨ੍ਹ ਹੈ ਰਾਜ ਪਰਿਵਾਰ ਦਾ ਉਹਨਾਂ ਦੇ ਚਿੰਨ੍ਹ ਇਹਨਾਂ ਸੱਤਾਂ ਨਿਆਣਿਆਂ ਦੇ ਉੱਤੇ ਕੀ ਲਗਾਇਆ ਹੋਇਆ ਸੀ ਇਹ ਚਿੰਨ੍ਹ ਲਗਾਇਆ ਹੋਇਆ ਸੀ ਔਰ ਇੱਕ ਵਾਰ ਸੱਤੇ ਨਿਆਣੇ ਕਿੱਥੇ ਚਲ ਗਏ ਡਾਕੂਆਂ ਨੇ ਕੀ ਕੀਤਾ ਉਹਨਾਂ ਦਿੱਤਾ ਵੇਚ ਦਿੱਤਾ ਕੀ ਕਰ ਦਿੱਤਾ ਕੀ ਹੋਇਆ ਰਾਜੇ ਦੇ ਸੱਤ ਪੁੱਤਰ ਸੱਤ ਰਾਣੀਆਂ ਉਹਨਾਂ ਦੇ ਸੱਤ ਪੁੱਤਰ ਸੀ ਸੱਤਾਂ ਦੇ ਉੱਤੇ ਰਾਜ ਘਰਾਣੇ ਦੀ ਮੋਹਰ ਸੀ ਜਦੋਂ ਰਾਣੀਆਂ ਸੈਰ ਦੇ ਲਈ ਜਾ ਰਹੀਆਂ ਸੀ ਡਾਕੂਆਂ ਨੇ ਉਹਨਾਂ ਦਾ ਕੀ ਕਰਤਾ ਅਟੈਕ ਕਰ ਦਿੱਤਾ ਔਰ ਸੱਤਾਂ ਜਿਹੜੇ ਰਾਜਕੁਮਾਰ ਸੀ ਉਹਨਾਂ ਕੋਲ ਲੈ ਕੇ ਉਹਨਾਂ ਨੂੰ ਕੀ ਕਰਤਾ ਵੇਚ ਦਿੱਤਾ ਕੀ ਸੀਗੀ ਉਹ ਰਾਜਕੁਮਾਰ ਕੀ ਸੀਗੀ ਉਹ ਵੀ ਰਾਜਕੁਮਾਰ ਰਾਜਕੁਮਾਰ ਹਰ ਇੱਥੇ ਕੀ ਕਰ ਦਿੱਤਾ ਉਹਨਾਂ ਨੂੰ ਹੁਣ ਕੀ ਬਣ ਗਏ ਮਜ਼ਦੂਰ ਬਣ ਗਏ ਜਾਂ ਕੀ ਬਣ ਗਏ ਗੁਲਾਮ ਬਣ ਗਏ ਹੁਣ ਕੀ ਹੋਇਆ ਰਾਜੇ ਨੂੰ ਪਤਾ ਲੱਗਾ ਕਿ ਇਸ ਦੇਸ਼ ਦੇ ਵਿੱਚ ਮੰਨ ਲਓ ਕੋਈ ਦੇਸ਼ ਹੈ ਮਤਲਬ ਇੰਡੀਆ ਦੇ ਵਿੱਚ ਰਾਜੇ ਦੇ ਕੀ ਨੇ ਤਿੰਨ ਰਾਜਕੁਮਾਰ ਨੇ ਤਿੰਨ ਰਾਜਕੁਮਾਰ ਨੇ ਜਿਹਨਾਂ ਕਿੱਥੇ ਘੁੰਮਦੇ ਘੁੰਮਾਉਂਦੇ ਕਿੱਥੇ ਪਹੁੰਚ ਗਏ ਨੇ ਹਿੰਦੁਸਤਾਨ ਦੇ ਵਿੱਚ ਰਾਜੇ ਨੂੰ ਪਤਾ ਹੈ ਕਿ ਜਿਹੜੇ ਹਿੰਦੁਸਤਾਨ ਦੇ ਲੋਕ ਨੇ ਉਹਨਾਂ ਨੂੰ ਮੇਰੇ ਮਾਰਕ ਬਾਰੇ ਪਤਾ ਹੈ ਕਿ ਜਿਹਨਾਂ ਉੱਤੇ ਇਹ ਮਾਰਕ ਹੈ ਉਹ ਕਿਹਦੇ ਲੋਕ ਨੇ ਰਾਜੇ ਦੇ ਲੋਕ ਨੇ ਉਹ ਮੇਰੇ ਸੰਤਾਨ ਨੇ ਮੇਰੇ ਬੇਟੇ ਨੇ ਅਤੇ ਉਹ ਕੀ ਗੱਲ ਨਹੀਂ ਤੁਹਾਨੂੰ ਦੱਸ ਦੇਣਗੇ ਔਰ ਅੱਧਾ ਜਿਹੜਾ ਦੇਸ਼ ਦਾ ਉਸਨੇ ਇਹਨਾਂ ਨੂੰ ਨਹੀਂ ਦੱਸਿਆ ਕਿ ਤੁਸੀਂ ਕੌਣ ਹੋ ਰਾਜਵੰਸ਼ ਦੇ ਰਾਜ ਘਰਾਣੇ ਨਾਲ ਸੰਬੰਧ ਰੱਖੋ ਅੱਧੇ ਕੀ ਕੀਤਾ ਉਹਨਾਂ ਦੱਸ ਦਿੱਤਾ ਸੱਤੇ ਮੰਨ ਸੱਤੇ ਇੱਥੇ ਸੀ ਸੱਤੇ ਇੱਥੇ ਸੀਗੇ ਇਹਨਾਂ ਨੇ ਨਹੀਂ ਦੱਸਿਆ ਇਹਨਾਂ ਨੇ ਦੱਸ ਦਿੱਤਾ ਕਿ ਤੁਸੀਂ ਕੌਣ ਹੋ ਕਿਉਂਕਿ ਜਿਹੜਾ ਮਾਰਕ ਹੈ ਇਹ ਰਾਜੇ ਦਾ ਮਾਰਕ ਹੈ ਤੁਸੀਂ ਰਾਜੇ ਦੇ ਵੰਸ਼ ਹੋ ਰਾਜੇ ਦੀ ਸੰਤਾਨ ਤੁਸੀਂ ਰਾਜਕੁਮਾਰ ਤੁਹਾਨੂੰ ਗੁਲਾਮੀ ਵਿੱਚ ਨਹੀਂ ਹੋਣਾ ਚਾਹੀਦਾ ਇਹਨਾਂ ਨੇ ਕੀ ਕੀਤਾ ਕਹਿੰਦਾ ਸਾਨੂੰ ਵੀ ਲੈਣਾ ਦੇਣਾ ਗੁਲਾਮੀ ਕਰਦੇ ਕਰੀ ਜਾਂਦੇ ਅਸੀਂ ਵੀ ਤਾਂ ਕਰਦੇ ਹੀ ਹੁਣ ਕਿ ਸੱਤਾਂ ਨੂੰ ਗੱਲ ਪਹੁੰਚ ਗਈ ਕਿ ਅਸੀਂ ਕੌਣ ਹਾਂ ਰਾਜਕੁਮਾਰ ਪਰ ਇਹਨਾਂ ਵਿੱਚੋਂ ਇਹ ਕਿੰਨੇ ਸਾਰੇ ਅਸੀਂ ਸੱਤ ਸੱਤ ਜਾਣੇ ਸੀ ਪਹਿਲਾ ਜਾਣਾ ਕੌਣ ਸੀ ਜਿਹਨੂੰ ਪਤਾ ਲੱਗਾ ਮੈਂ ਰਾਜਕੁਮਾਰ ਹਾਂ ਉਹ ਕਿਹਦੇ ਕੋਲ ਚੱਲ ਗਿਆ ਰਾਜੇ ਦੇ ਕੋਲ ਉਹਨੇ ਆਪਣਾ ਮਾਰਕ ਦਿਖਾਇਆ ਆਹ ਦੇਖੋ ਰਾਜਾ ਜੀ ਮੈਂ ਤੁਹਾਡਾ ਬੇਟਾ ਉਹਨੇ ਜੋ ਇੰਸਪੈਕਸ਼ਨ ਕੀਤੀ ਮਾਰਕ ਦੇਖਿਆ ਕਿ ਹਾਂ ਜੀ ਇਹ ਮੇਰੇ ਰਾਜ ਘਰਾਣੇ ਦਾ ਮਾਰਕ ਹੈ ਰਾਜ ਘਰਾਣੇ ਦੀ ਨਿਸ਼ਾਨੀ ਹੈ ਜਿਹੜੀ ਰਾਜਕੁਮਾਰਾਂ ਦਿੱਤੀ ਜਾਂਦੀ ਹੈ ਇਹ ਕੌਣ ਹੈ ਮੇਰਾ ਰਾਜਕੁਮਾਰ ਇਹਨੂੰ ਕੀ ਰੱਖਦਾ ਨਹੀਂ ਆਪਣੇ ਕੋਲ ਇਹ ਦੂਸਰਾ ਸੀ ਇਹ ਵੀ ਗਿਆ ਠੀਕ ਹੈ ਇਹਨੇ ਕੀ ਦੇਖਿਆ ਰਾਜਕੁਮਾਰ ਨੂੰ ਬੜੇ ਟਾਈਮ ਸਿਰ ਉੱਠਣਾ ਪੈਂਦਾ ਉਹਨਾਂ ਨੂੰ ਯੁੱਧ ਦਾ ਅਭਿਆਸ ਕਰਨਾ ਪੈਂਦਾ ਹੈ ਜੋ ਲੜਾਈ ਲੱਗਦੀ ਉਹਨੂੰ ਲੜਾਈ 'ਚ ਵੀ ਜਾਣਾ ਪੈਂਦਾ ਇਹ ਕਹਿੰਦਾ ਛੱਡੋ ਪਰਾਂ ਕੀ ਲੋੜ ਹੈ ਕਹਿੰਦਾ ਇੱਥੇ ਠੀਕ ਹੈ ਜਦੋਂ ਮਰਜ਼ੀ ਉੱਠੀਦਾ ਜਦੋਂ ਮਰਜ਼ੀ ਖਾਈਦਾ ਜਾਣ ਨੂੰ ਕੋਈ ਰਿਸਕ ਤਾਂ ਨਹੀਂ ਹੈਗਾ ਕਹਿੰਦਾ ਆਪਾਂ ਇੱਥੇ ਠੀਕ ਇਹ ਕੀ ਹੋਇਆ ਮੁੜ ਕੇ ਵਾਪਸ ਆ ਗਿਆ ਆਦੇ ਵਿੱਚ ਗੁਲਾਮੀ ਦਿੱਤਾ ਫਿਰ ਇਹਨਾਂ ਦੋਨਾਂ ਨੇ ਜੋ ਗੱਲ ਕੀਤੀ ਬਾਕੀਆਂ ਦੇ ਨਾਲ ਕੁਛ ਸੀ ਜੋ ਰਾਜੇ ਦੇ ਕੋਲ ਚੱਲ ਗਏ ਕੁਛ ਸੀ ਉਹ ਕੀ ਹੋਇਆ ਉੱਥੇ ਵਾਪਸ ਆ ਗਏ ਇਹਦੇ ਮਗਰ ਲੱਗ ਗਏ ਔਰ ਕਾਹਦੇ ਵਿੱਚ ਚੱਲ ਗਏ
समझ आई स्टोरी? समझ गए? एक बार फिर देखो की गया, राजे दे सात रानियां, सात बेटे, सात बेटियां ने राजकुमारा नु डाकुआ कर ने बेच दिता, वो की बन गए गुलाम। उन्होंने एक और एक खबर पहुंची तो राजकुमार ने जो बड़ी गई उन्होंने जो कुछ वापस चले गए और कुछ भी आ गुलामी के पीछे रह गए। और फिर आ रहे जो जो वापस गए उन्होंने पूछा तुम कि पता लगा, वो कहते सन इस पास वाले लोगों ने दसिया कि हाँ भी तुम राजकुमार हो, तब गुलामी में नहीं होना चाहिए। तो कहते बाकी कहते बाकी हम सामने नहीं दसा, राय ने की किया कि सारे देश के बीच आत्म विचार नंबर प्रकाशित वाक्य प्रकाश की पोथी में सात कलीसियां का वर्णन है कि वो सात कलीसियां वहां से थी। और वो एक है डाकू ने कौन है शैतानी लोग, कौन है शैतानी लोग, उन्होंने की किया जेड़े परमेश्वर के मनने वाले सी उन्होंने चुरा लिया और की कर दिता बेच दिता गुलाम कर दिता काले नशियां दे बदनामी दे और बुरे कमां। ठीक है हुण की हो गए गुलाम हो गए। फिर की होया वो इस देश में रह रहे थे। ठीक है इस देश में दो तरह के लोग ने, ये ने जो पाप के विच रहना चाहते हैं जिन्होंने नहीं दसिया कि सही रस्ता की है, तुसी कौन हो, तुसी परमेश्वर के लोग हो, परमेश्वर की आराधना करो, परमेश्वर दी गल्लां नूं मन्नो क्योंकि तुसी स्वर्ग के राज के अधिकारी हो, इन्होंने नहीं दसिया। पर जिहड़े अर्ध दे पासे वाले सी उन्होंने की किया उन्होंने दसिया क्योंकि इन्होंने पता सी कि असीं स्वर्ग राज दे अधिकारी हाँ, तुसीं भी स्वर्ग राज दे अधिकारी हो, तुसीं अपने पापा तों तौबा करो, अपनी जिहड़ी गुलामी है उस तों आजाद होवो, तुसीं कौन हो राजकुमार हो। अद्धर ध्यान दो सारे, ठीक है हुण की होया सत्त तरह के लोग सी, उन्हां सत्त लोग सी इन्हां विचों की होया एक तरह के लोग कौन सीगे जिहड़े प्रभु यीशु मसीह नूं जिन्हां ने जान लिया और मनना राजकुमार हाँ साडे राज है पर फिर भी करते अपने पापा नूं नहीं छड्डदे अपनी गलतियां नूं छड्डदे की कहिंदे आ जे असीं बपतिस्मा लै लिया सानूं सवेरे उठ के दुआ करनी पैणी सानू इन्ना किसान तो पहला दुआ करनी पैनी गाला छड़निया पैनिया ने बुरे काम छड़ने पैने बुरे ख्याल छड़ने पैने वो इस करके की करते हैं स्वर्ग राज में छड़ के कितने रेंदे ने गुलाम हुण तुहाडे ते है तुसी की बनना है राजकुमार या फिर गुलाम की है जे तुसी अपने उत्ते इस मोहर नूं लाओगे यसु की छाप में अपने उत्ते ला लोगे यसु के वचन में अपने उत्ते ला लोगे उसकी मान जाओगे राजकुमार तो जे तुसी इस मार्ग नु इस मोहर नु अपने उत्ते ला लोगे की मान जाओगे गुलाम और ताडे विच है तुसी लोकां नु गुलाम करना है कि कुछ लोकां नु गुलाम किदा लगी सुन।